ਚੀਜ਼ ਨਹੀਂ ਲੱਭੀ ਜੇ। ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਠੱਠੀਆਂ ਖੁਰਦ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਹਰੀਕੇ ਪੱਤਣ ਤੋਂ ਕੋਈ 6 ਕਿਲੋਮੀਟਰ ਦੀ ਦੂਰੀ ਆ ਪਿੰਡ ਠੱਠੀਆਂ ਦੀ। ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਵੀਡੀਓ ਪਾਈਆਂ ਨੇ ਦੋਸਤੋ, ਅਤੇ ਵਿਹੜਾ ਵੀਰ ਲਿਆਉਂਦਾ। ਅੱਜ 13 ਫਰਵਰੀ ਆ ਦੋਸਤੋ, ਤਰੀਕ ਤੁਸੀਂ ਨੋਟ ਕਰ ਲਓ, ਸਮਾਂ ਕੋਈ ਮੋਰਨਿੰਗ ਦੇ 11 ਵਜੇ ਦਾ। ਦੋ ਵਿਹੜਾ ਦਿਖਾਉਣੀਆਂ, ਦੋਵੇਂ ਗੱਬਣ ਆ। ਬਾਕੀ ਅੱਗੇ ਟਾਈਮ ਪੁੱਛ ਲੈਂਦੇ ਕਿੰਨਾ ਕੁ ਸਮਾਂ ਹਜੇ ਬਾਕੀ ਆ ਸੌਣ ਦੇ ਵਿੱਚ। ਸੋ ਬਾਕੀ ਘਰ ਆਣ ਕੇ ਤਸੱਲੀ ਤੁਸੀਂ ਕਰ ਲਿਓ, ਟਿੱਪ ਕੇ ਕੋਈ ਵੀਰ ਆਪਦੀ ਚੌਂ ਥਾਣਾਂ ਦੀ ਤਸੱਲੀ ਕਰ ਲਏ, ਠੀਕ ਆ ਜੀ। ਹਰ ਵਾਰੀ ਆਪਾਂ ਕਹਿੰਦੇ ਹਾਂ, ਜਿਹੜਾ ਕੋਈ ਵੀਰ ਸੋਇਆ ਸੋਇਆ ਪਸ਼ੂ ਖਰੀਦਦਾ, 2 ਟਾਈਮ ਚੋ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ, ਠੀਕ ਆ ਜੀ। ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਲਾਂਭਾ ਨਾ ਕਿਸੇ ਮਾਲਕ ਨੂੰ ਓਨਰ ਨੂੰ ਦਿੱਤਾ ਜਾਵੇ, ਪਹਿਲਾਂ ਤਸੱਲੀ ਹੁੰਦੀ ਹੈ ਦੋਸਤੋ, ਪਹਿਲਾਂ ਤਸੱਲੀ ਜ਼ਰੂਰ ਕਰ ਲਿਆ ਕਰੋ, ਠੀਕ ਆ। ਨਾਲ ਲੱਗਦੇ ਪਿੰਡ ਅਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ ਨਾਲ ਲੱਗਦਾ, ਅਤੇ ਰੱਤਾ ਗੁੱਦਾ ਪਿੰਡ ਵੀ ਥੋੜ੍ਹੀ ਦੂਰੀ 'ਤੇ ਆ। ਆਓ ਲੈਂਦੇ ਹਾਂ ਡਿਟੇਲ, ਬਾਈ ਰਵੀ ਤੋਂ ਪੁੱਛਦੇ ਹਾਂ ਕੀ ਡਿਟੇਲ ਆ ਜਿਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਬਾਈ ਰਵੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ, ਠੀਕ ਠਾਕ ਜੀ? ਹਾਂਜੀ ਵਧੀਆ ਭਾਜੀ, ਵਧੀਆ। ਚਲੋ ਵਧੀਆ ਚਾਹੀਦੇ ਆ। ਅੱਛਾ ਰਵੀ, ਅੱਜ ਪਸ਼ੂ ਆਪਣੇ ਕੋਲ 2 ਹੀ ਵਿਕਾਊ? ਹਾਂਜੀ ਭਾਜੀ, 2 ਜੀ। ਵਿਹੜਾ ਹੀ ਆ? ਹਾਂਜੀ ਭਾਜੀ, ਠੀਕ ਆ। ਗੱਬਣ ਦੋਵੇਂ, ਹੈ ਨਾ? ਹਾਂਜੀ ਦੋਵੇਂ ਗੱਬਣਾ ਜੀ, ਠੀਕ ਹੈ ਭਰਾ। ਵੇਖਦੇ ਵੇਖਦੇ ਰਹਿੰਦੇ ਆ ਪਸ਼ੂ? ਹਾਂਜੀ ਹਾਂਜੀ ਭਾਜੀ, ਵੇਖ ਜਾਂਦਾ। ਚੱਲ ਵਧੀਆ, ਚੰਗੀ ਗੱਲ ਆ। ਅੱਛਾ ਰਵੀ, ਪਹਿਲੇ ਆਪਣੇ ਵੀਰ ਸ਼ੁਰੂਆਤ ਕਰ ਲਈਏ ਇਸ ਕਾਲੀ ਬੈਡ ਤੋਂ ਕਰ। ਹਾਂਜੀ ਹਾਂਜੀ ਭਾਜੀ, ਇੱਥੇ ਕਰ ਲਓ, ਠੀਕ ਆ। HF ਦਾ ਕ੍ਰੋਸ ਵੀ ਹੈਗਾ ਵਿੱਚ? ਹਾਂਜੀ ਹਾਂਜੀ, ਉਹ ਵੀ ਪੂਰਾ ਮਸਾ ਵੀ ਹੈਗਾ। ਚਲੋ ਜਰਸੀ ਦਾ ਕ੍ਰੋਸ ਮੰਗ ਲੈ। ਹਾਂਜੀ ਹਾਂਜੀ, ਤੇ ਇਹ ਸੁਆ ਕੇ ਕਿਨਮਾ ਸੁਣਦੀ ਹੈ ਜੀ? ਭਾਜੀ ਦੂਜਾ ਹੀ ਕਿਹਾ ਉਹਨਾਂ ਨੇ। ਅੱਛਾ ਜੀ, ਤੇ ਵੈਸੇ ਹੈ ਵੀ ਦੂਜਾ ਹੀ ਆ, ਦੂਜਾ ਸੁਆ? ਹਾਂਜੀ ਹਾਂਜੀ, ਠੀਕ ਆ ਜੀ। ਹਾਂਜੀ, ਲੈ ਜੂ ਅਜੇ ਹਫਤਾ ਕ? ਹਾਂਜੀ ਭਾਜੀ, ਇਹਦੇ 10 ਦਿਨ ਰਹਿੰਦੇ ਪੂਰੇ, ਠੀਕ ਆ। ਹਾਂਜੀ ਹਾਂਜੀ, ਲਓ ਦੋਸਤੋ, 10 ਕੁ ਦਿਨ ਹਜੇ ਬਾਕੀ ਆ ਸੁਣ ਦੇ ਵਿੱਚ, ਠੀਕ ਆ। HF ਦਾ ਅਤੇ ਜਰਸੀ ਦਾ ਕ੍ਰੋਸ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ। ਕੱਦ ਮੀਡੀਅਮ ਆ, ਬਾਕੀ ਜੰਮੀ ਭਲੀ ਪੂਰੀ ਆ ਕਰਮਾਂ ਵਾਲੀ, ਵਜਨ ਲੋਡ ਪੂਰਾ, ਠੀਕ ਆ। ਰਾਜੀ ਆ, ਜਿੰਨੀ ਵੀ ਆ ਨਿੱਗਰ ਆਪਾਂ ਕਹਿ ਲੈਂਦੇ ਵੀ ਪੂਰੀ ਰਾਜੀ ਆ, ਠੀਕ ਆ। ਸੋ ਫੇਸ ਕੁਆਲਿਟੀ ਵੇਖੋ, ਬਾਕੀ ਆਡਰ ਉਡਰ ਬਹੁਤ ਸੋਹਣਾ, ਚੌਰਸ ਲੇਵਾ, ਅਤੇ ਬਾਕੀ ਥਾਣੇ ਵੀ ਤੁਹਾਨੂੰ ਵਿਖਾਉਣੇ ਆ ਬਿਲਕੁਲ ਨੇੜੇ ਤੋਂ ਨਖੇੜ ਦੇ ਵਿੱਚ। ਆ ਲਓ ਜੀ ਫੇਸ, ਠੀਕ ਹੈ। ਬਾਕੀ ਰਵੀ ਵੀਰ ਕਿਵੇਂ? ਤਿੱਪਣ ਦੋਵੇਂ ਬੈਠ ਕੇ ਆਪਣੀ ਤਸੱਲੀ ਆ ਪੂਰੀ? ਸ਼ਹਿਦ ਹੀ ਆਉਂਦਾ ਇਹਦੇ, ਬਿਲਕੁਲ ਸੁੱਕਾ ਆ। ਅੱਛਾ ਜੀ, ਹਾਂਜੀ ਹਾਂਜੀ, ਲਓ ਜੀ ਤਿੱਪਣ ਅਜੇ ਸ਼ਹਿਦ ਹੀ ਆਉਂਦਾ ਦੋਸਤੋ। ਬਾਕੀ ਬੈੜਾਂ ਦੋਵੇਂ ਚੰਗੀਆਂ ਨੇ, ਜਿਹੜੀ ਕਿਸੇ ਖਰੀਦਦਾਰ ਵੀਰ ਦੇ ਪਸੰਦ ਹੋਊਗੀ, ਜਿਹੜੀ ਮਰਜ਼ੀ ਬੈੜ ਤੁਸੀਂ ਖਰੀਦ ਲਿਓ, ਬੈੜਾਂ ਦੋਵੇਂ ਚੰਗੀਆਂ ਨੇ, ਠੀਕ ਆ, ਸਾਫ਼ ਸੁਥਰੀਆਂ ਨੇ ਕਰਮਾਂ ਵਾਲੀਆਂ। ਅਤੇ ਬਾਕੀ ਰਵੀ ਵੀਰ, ਕੀ ਡਿਮਾਂਡ ਰਹੂਗੀ ਇਹਦੀ ਮੰਗ? ਭਾਜੀ ਮੁੱਲ 70,000, 65,000 ਦੀ ਦੇ ਦਾਂਗੇ। 65,000 ਦੀ? ਹਾਂਜੀ, ਵਿੱਚੋਂ ਹੋਰ ਮਾਨਤਾਨ ਕਰ ਦਾਂਗੇ ਭਾਜੀ, ਠੀਕ ਹੈ ਜੀ। ਹਾਂਜੀ, ਲਓ ਦੋਸਤੋ, 65,000 ਦੇ ਵਿੱਚੋਂ ਵੀ ਥੋੜ੍ਹਾ ਬਹੁਤਾ ਮਾਨਤਾਨ ਹੋ ਜਾਊਗਾ। ਅਤੇ ਥੋੜ੍ਹਾ ਜਿਹਾ ਰਵੀ ਭਾਈ ਇੱਧਰੋਂ ਹਿਲਾ ਕੇ ਇਹਨੂੰ ਦਿਖਾ ਦਈਏ, ਬਾਕੀ ਭਾਈ ਠੰਡੀ ਧੀਰੀ ਇਹ ਨਹੀਂ ਕੀ ਛੜਾ। ਲਓ ਜੀ, ਪੂਰੀ ਠੰਡੀ ਆ ਕਰਮ ਵਾਲੀ, ਬਾਕੀ ਬੰਨਾ ਬੁੰਨਾ ਸਲਾਗਾ ਪੂਰੀ ਵਾਲਾ, ਅਤੇ ਬੰਨ ਵਾਲੇ ਅਜੇ ਪੂਰੇ ਦੋਸਤੋ ਰਿਕਾਰਡ ਤੋੜ ਦੂਗੀ ਕਰਮ ਵਾਲੀ, ਹਜੇ ਕੋਈ 8-10 ਕੁ ਦਿਨ ਐਡੀਆ ਮੁੱਠੀ ਚਵਾਈ ਥਾਣ ਲੱਗਾ ਇਹਨੂੰ, ਠੀਕ ਆ। ਬਾਕੀ ਥਾਣ ਥੁਣ ਵੀ ਪੂਰਾ ਤਸੱਲੀ ਬਖਸ਼ਿਆ, ਹੱਥੀ ਚਵਾਈ ਵਾਲਾ ਥਾਣਾ ਮੁੱਠੀ ਆ ਦੇਖੋ। ਠੀਕ ਹੈ ਜੀ, ਤੇ 65,000 ਦੇ ਵਿੱਚੋਂ ਮਾਨਤਾਨ। ਹਾਂਜੀ ਮਾਨਤਾਨ, ਠੀਕ ਆ। ਤੇ ਰਵੀ ਭਾਈ, ਆ ਆ ਗਈ ਅੱਗੇ ਦੂਜੇ ਨੰਬਰ ਤੇ ਆਪਣੇ ਕੋਲ ਵੱਛੀ। ਹਾਂਜੀ ਹਾਂਜੀ ਭਾਈ, ਪਹਿਲਾ ਸੂਆ ਭਾਈ, 4 ਦੰਦ। ਲਓ ਜੀ, ਪਲੂਣ ਵੱਛੀ ਦੋਸਤੋ, ਪਹਿਲਾ ਸੂਆ ਸੁਣ ਜਾ ਰਹੀ ਆ, ਮੂੰਹੋਂ ਚੌਗੀ 4 ਦੰਦ ਆ। ਤੇ ਵੈਸੇ ਦਿਨ ਕੰਪਲੀਟ ਹੀ ਲੱਗਦੇ ਉਹ? ਹਾਂਜੀ, ਕੋਈ 2-4 ਦਿਨ ਹੀ ਆ। ਠੀਕ ਆ, 2-4 ਦਿਨ ਹਜੇ ਵੀ ਕੱਢ ਜੀ, ਗੱਡੀ ਤੇ ਪਹਿਲਾਂ ਵੀ ਸੂ ਸਕਦੀ ਆ। ਹਾਂ, ਜੇ ਖੜ ਜੇ ਤੇ 2-4 ਦਿਨ ਕੱਢ ਵੀ ਜਾਊਗੀ। ਠੀਕ ਹੈ ਭਰਾ। ਹਾਂਜੀ ਹਾਂਜੀ, ਲਓ ਦੋਸਤੋ, 2-4 ਦਿਨ ਲੈ ਜਾਊਗੀ। ਵੈਸੇ
ਨਵੀਂ ਥਾਂ ਤੇ ਗਈ ਦੋਸਤੋ, ਹੋ ਸਕਦਾ ਜਾਂਦੇ ਵੀ ਸਫ਼ਰ 'ਚ ਪਸ਼ੂ ਸੂ ਪਏ। ਵੈਸੇ ਤਿਆਰੀ ਮੁਕੰਮਲ ਆ, ਜਿੰਨੀ ਵੀ ਤਿਆਰੀ ਕਰਨ ਵਾਲੀ ਨੇ ਕਰਨੀ ਸੀਗੀ, ਬਾਕੀ ਥਾਣ ਪੂਰੇ ਤੁਸੀਂ ਵੇਖੋ। ਠੀਕ ਆ ਜੀ, ਲੰਬੇ ਥਾਣ ਆ ਅਤੇ ਹਾਥੀ ਚਵਾਈ ਵਾਲਾ ਥਾਣਾ ਲੱਗਾ, ਪਤਲੇ ਥਾਣ ਨੇ ਵੈਸੇ, ਬਾਕੀ ਨਵੀਂ ਆ ਬੈਡ, ਜਿੰਨੇ ਵੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਡੱਬੀ ਆ, ਪ੍ਰਿੰਟ ਪ੍ਰੁੰਟ ਬਹੁਤ ਸੋਹਣਾ। ਅਤੇ ਕਰੋਸ ਅੰਗ ਦੇ ਵਿੱਚ ਆ, ਜਿਵੇਂ ਮੋਸਟਲੀ ਆਪਾਂ ਕਹਿ ਦਿੰਦੇ ਹਾਂ ਵੀ ਗਰਮੀ ਦੇ ਵਿੱਚ ਇਹ ਬੈੜਾਂ ਦੋਵੇਂ ਚੱਲਣ ਵਾਲੀਆਂ ਨੇ। ਠੀਕ ਹੈ, ਇਹ ਭਾਈ ਬਣ ਜਾਣਾ ਨੇ। ਹਾਂ, ਬਸ ਹੁਣ ਤਾਂ ਘੰਟਿਆਂ ਘੰਟਿਆਂ ਦੇ ਵਿੱਚ ਨੇ। ਹਾਂਜੀ 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 ਹਾਂਜੀ, ਤੇ ਦੋ ਚਾਰ ਦਿਨ ਵੀ ਲੈ ਗਈ ਤੇ ਦੋ ਦਿਨ ਦੇ ਲਈ ਬਹੁਤ ਜ਼ਿਆਦਾ ਆ ਵੀ ਘੰਟਿਆਂ ਦੇ ਵਿੱਚ ਇਹਨੇ ਬਦਲ ਜਾਣਾ ਕੀ ਦਾ ਕੀ ਬਣ ਜਾਣਾ। ਤੇ ਰਵੀ ਵੀਰ, ਇਸ ਵੱਛੀ ਦੀ ਕੀ ਡਿਮਾਂਡ ਕਰਦੇ ਆ ਭਾਜੀ? 50-48 ਦੇ ਦਾਂਗੇ। 48 ਦੀ? ਹਾਂਜੀ, 50,000 ਡਿਮਾਂਡ ਆ। ਇੱਕ ਸਿੱਧਾ ਜਿਹਾ ਰਸਤਾ ਮਿਲ ਜਾਂਦਾ ਸਾਰੇ ਖਰੀਦਦਾਰ ਵੀਰਾਂ ਨੂੰ ਵੀ 48,000 ਦੀ ਇਹ ਲੈ ਦੇ ਹੋਊਗੀ, 48,000 ਦੀ ਮਿਲ ਜੂਗੀ ਵੱਛੀ। ਬਾਕੀ ਕੱਦ ਕੁੱਦ ਸੋਹਣਾ, ਨਵੀਂ ਆ ਕਿ ਕੱਦ ਕੁੱਦ ਵੀ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ, ਪਸ਼ੂ ਪੂਰਾ ਬਣ ਜਾਂਦਾ। ਵੈਸੇ ਪਹਿਲਾਂ ਜਿਹੜੀ ਇਹ ਵੱਛੀ ਸੂਣ ਜਾ ਰਹੀ ਆ, ਮੂੰਹੋਂ ਚੌਕੀ ਆ 4 ਦੰਦ। ਠੀਕ ਆ, ਅਤੇ ਮੂੰਹੋਂ ਦੰਦੀ ਵੀ ਵਿਖਾ ਦੇਈਏ, ਕਰਾ ਦੇਈਏ, ਤਸੱਲੀ ਜਿਹੀ ਹੁੰਦੀ ਆ। ਅਤੇ ਲਓ ਜੀ, ਠੀਕ ਹੈ, ਛੇਕ ਦੇ ਦੰਦ ਕੱਢੇ ਨੀ ਗੇ, ਮਾੜੇ ਮਾੜੇ ਭੇਜੀ। ਅੱਛਾ ਜੀ, ਲਓ ਜੀ, ਠੀਕ ਹੈ ਜੀ। ਲਓ ਦੋਸਤੋ, ਚੌਕੀ ਪਿਓਰ ਜਿਹੜੀ ਚੌਕੀ ਵੱਛੀ ਆ, ਠੀਕ ਆ, ਕੰਨੀ ਵਾਲੇ ਅਤੇ ਛੇਕ ਦੇ ਦੰਦ, ਹਜੇ ਦੁੱਧ ਦੰਦ ਆ। ਅਤੇ ਬਾਕੀ 48,000 ਦੇ ਵਿੱਚ ਮਿਲ ਜੂਗੀ, ਬੈੜਾਂ ਦੋਵੇਂ ਚੰਗੀਆਂ ਨੇ। ਬਾਕੀ ਜਿਹੜਾ ਵੀ ਕੋਈ ਘਰੇਲੂ ਵੀਰ ਆ ਰਿਹਾ ਤਾਂ ਤੁਸੀਂ ਜ਼ਰੂਰ ਆਪਣੀ ਨਰਖ ਪਰਖ ਕਰ ਲਿਓ। ਅਤੇ ਇੱਕ ਜਿਹੜੀ ਪਹਿਲੇ ਨੰਬਰ 'ਤੇ ਦਿਖਾਈ ਸੀ ਤੁਹਾਨੂੰ, ਠੀਕ ਆ ਜੀ, ਹਜੇ ਗੂੰਦ ਆਉਂਦੀ ਹੈ, ਸ਼ਹਿਦ ਆਉਂਦਾ ਤਿੱਪਣ ਦੇ ਵਿੱਚ, ਠੀਕ ਆ, ਹਜੇ ਬੋਲਾ ਨਹੀਂ ਭੰਨਿਆ, ਕਰਮ ਵਾਲੀ 8-10 ਦਿਨ ਹਜੇ ਕੱਢਦੀ ਆ, ਢਿੱਲਾਂ ਢੁੱਲਾਂ ਬਹੁਤ ਜ਼ਿਆਦੀਆਂ ਲੇਵੇ ਦੇ ਵਿੱਚ, ਸੋ ਕਾਫੀ ਸੋਹਣਾ ਬਣੂਗੀ। ਠੀਕ ਆ, ਆ ਲਓ, ਠੀਕ ਆ ਰਵੀ ਭਰਾ। ਅਤੇ ਤਕਰੀਬਨ 2 ਪਸ਼ੂ ਸੀ ਅੱਜ ਆਪਣੇ? ਹਾਂਜੀ ਭਾਜੀ, 2। ਠੀਕ ਹੈ ਵੀਰੇ, ਬੋਲ ਦੇ ਨੰਬਰ 82-47-5150। ਠੀਕ ਹੈ ਜੀ, ਹਾਂਜੀ। ਲਓ ਦੋਸਤੋ, ਨੰਬਰ ਸਕਰੀਨ 'ਤੇ ਚੱਲ ਰਹੇ ਨੇ, ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੇ। ਸੋ 2 ਬੈੜਾਂ ਸੀ ਅੱਜ ਵੀਰ ਦੇ ਕੋਲ, ਦੋਵੇਂ ਵਿਕਾਊ ਆ, ਅਤੇ ਪਸ਼ੂ ਆਉਂਦੇ ਰਹਿੰਦੇ ਆ। ਬਾਕੀ ਅੱਗੇ ਨਵੇਂ ਪਸ਼ੂਆਂ ਬਾਰੇ ਵੀ ਤੁਸੀਂ ਡਿਟੇਲ ਲੈ ਸਕਦੇ ਜੇ, ਹਰ ਰੋਜ਼ ਨਵੇਂ ਪਸ਼ੂ ਆਉਂਦੇ ਆ, ਕੋਈ 2-3-4 ਨਗ ਜਿਹੜੇ ਆ ਹਰ ਰੋਜ਼ ਨਵੇਂ ਆਏ ਰਹਿੰਦੇ ਆ ਇਸ ਕਿੱਲੇ ਦੇ ਉੱਪਰ। ਲਈਆਂ ਭਾਜੀ 2-3 ਵੱਛੀਆਂ ਹੋਰ ਆਪਾਂ? ਅੱਛਾ ਜੀ, ਸ਼ਾਮ ਤੱਕ ਆ ਜਾਣੀ ਤੁਹਾਨੂੰ? ਆ ਜ਼ਰੂਰ ਜੀ, ਹਾਂਜੀ। ਸੋ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।